Thank you, brothers. ਜਿਵੇਂ ਹੱਸਣਾ ਇਹਦਾ ਨਾਨਾ ਸੋਹਣਾ ਹੈ, ਛਲਕਦਾ ਦਰੂਦ ਪੜ੍ਹੋ ਸੋਹਣੇ ਦਿਆਲ ਪਾਕ ਜ਼ਾਤ ਦੇ ਅੱਲਾਹ ਸਦਾ ਖੁਸ਼ ਰਹੋ, ਸਦਾ ਸਲਾਮਤ, ਖੁਸ਼ੀ ਤੁਹਾਡੇ ਕਦਮ ਚੁੰਮਦੀ ਰਹੇ। ਮੈਂ ਕੋਈ ਜ਼ਿਆਦਾ ਹੀ ਤੁਹਾਨੂੰ ਤਕਲੀਫ ਨਹੀਂ ਦੇਵਣੀ। ਜਿਤਨੀ ਦੇਰ ਸੁਣਸੋ ਉਤਨੀ ਦੇਰ ਪੜਸਾਂ, ਜਿਤਨੀ ਟਾਈਮ ਦਿੱਤਾ ਗਏ ਓਂਕ ਨੂੰ ਹੀ ਥੋੜ੍ਹਾ ਪੜਸਾਂ। ਸਰਾਇਕੀ ਜ਼ਬਾਨ ਹੈ, ਅਗਰ ਤੁਸੀਂ ਸਮਝ ਗਿਨਸੋ ਤਾਂ ਮੈਂ ਤੁਹਾਨੂੰ ਮੇਰਾਜ ਕਰਵੇ ਸਾਂ। ਕਿਉਂਕਿ ਅਸਲ ਸਰਾਇਕੀ ਜ਼ਬਾਨ ਥੋੜ੍ਹੀ ਜਿਹੀ ਮੁਸ਼ਕਿਲ ਹੈ, ਔਖੀ ਹੈ, ਇਤਨੀ ਔਖੀ ਕਹਿਣ ਜੋ ਤੁਸੀਂ ਗੌਰ ਕਰੋ ਅਤੇ ਸਮਝ ਨਾ ਆਵੇ। ਬਿਸਮਿਲ੍ਲਾ ਰਹਿਮਾਨ ਰਹੀਮ ਖੁਤਬਾ ਖਤਮ ਕੀ ਮਤਲਬ ਮਾਰੇ ਹਮ ਹੋ ਫਜ਼ਾਇਲ ਦਾ ਪਹਿਲਾ ਜੁਮਲਾ ਅਰਜ਼ ਕਰਨਾ ਚਾਹੁੰਦਾ। ਮੇਰਾ ਮੌਲਾ ਫਰਮਿੰਦੇ, ਬੰਦੇ ਦੀ ਕੀਮਤ ਬੰਦੇ ਦੀ ਬੰਦੇ ਹੀ ਹੈ ਚ ਬੰਦੇ, ਜੇ ਬੰਦਾ ਬੰਦੇ ਦਾ ਪੁੱਤਰ ਹੋਵੇ ਤਾਂ ਵਸਤੇ ਰਹੋ ਆਲੇ ਮੁਹੰਮਦ ਸਦਕਾ ਵਸਤੇ ਰਹੋ। ਬਿਸਮਿਲ੍ਲਾ ਕਰਾਂ ਆਲੇ ਮੁਹੰਮਦ ਸਦਕਾ ਵਸਤੇ ਰਹੋ। ਜਿਹੜੇ ਬੋਲ ਸਕਦੇ ਜਿਹਨਾਂ ਕੋ ਸਮਝ ਆਵੇ ਉਹ ਜ਼ਰੂਰ ਦੁਆਰੇ ਸੋ। ਮੈਂ ਬਹੁਤ ਬੜਾ ਸਫ਼ਰ ਕਰਦੇ ਆਇਆਂ, ਅਰਜ਼ ਕਹਿੰਦੇ ਮੌਲਾ ਫਰਮਿੰਦੇ ਬੰਦੇ ਦੀ ਕੀਮਤ ਬੰਦੇ ਦੀ ਬੰਦਾਈ ਚ ਬੰਦੇ, ਜੇ ਬੰਦਾ ਬੰਦੇ ਦਾ ਪੁੱਤਰ ਹੋਵੇ ਤਾਂ ਮੁਹੱਬਤ ਅਲੀ ਏ ਤਾਂ ਬੰਦਾ ਏ, ਦੁਸ਼ਮਣ ਅਲੀ ਏ ਤਾਂ ਦਰਿੰਦਾ ਏ। ਦਰਿੰਦੇ ਦੀਆਂ ਦੋ ਕਿਸਮਾਂ ਹਨ, ਕੋਈ ਜੰਗਲੇ 'ਚ ਰਹਿੰਦੇ ਨੇ, ਕੋਈ ਬਿਸਤਰੇ 'ਚ ਹੀ ਵਧੇ ਨੇ। ਵਸਦੇ ਰਹੋ ਮੌਲਾ ਹੁਸੈਨ ਦੇ ਸਦਕਾ ਵਸਦੇ ਰਹੋ। ਬਿਸਮਿਲ੍ਲਾ ਰਲ ਕੇ ਸਾਰੇ ਮੌਲਾ ਅਲੀ, ਇਹ ਜਿਹੜਾ ਵੱਡਾ ਆਲਮ ਹੈ, ਇਹ ਜਿਹੜਾ ਵੱਡਾ ਆਲਮ ਹੈ ਜੋ ਇਲਮ ਕੋ ਪਤਾ ਨਹੀਂ। ਜੁਮਲੇ ਮੇਰੇ ਕੀਮਤੀ ਜ਼ਰੂਰ ਹੋ ਸਕਣ, ਤੇ ਕੋਈ ਸਮਝ ਨਾ ਆਵੇ ਤਾਂ ਮੇਰਾ ਕਸੂਰ ਕਾਨੀ। ਮੈਂ ਅਰਜ਼ ਕੀਤੀ ਮੌਲਾ ਅਲੀ, ਇਹ ਜਿਹੜਾ ਵੱਡਾ ਆਲਮ ਹੈ ਕਿ ਇਲਮ ਨੂੰ ਪਤਾ ਨਹੀਂ, ਸਖੀ ਇਤਨੀ ਹੈ ਜੋ ਸਖਾਵਤ ਕੋਈ ਪਤਾ ਕਹਿ ਨਹੀਂ। ਕੋਈ ਤਸ਼ਰੀਹ ਨਹੀਂ ਕਰਨੀ। ਮੌਲਾ ਅਲੀ ਨਮਾਜ਼ ਪੜ੍ਹਦਾ ਪਏ, ਬੇ ਢੇਰ ਸਾਰੇ ਨਮਾਜ਼ੀ ਹਨ, ਨਮਾਜ਼ ਪੜ੍ਹਦੇ ਪੈਣ, ਕੁਰਾਨ ਪੜ੍ਹ ਗਿਆ, ਨਮਾਜ਼ ਪੜ੍ਹਦੇ ਪੈਣ। ਇੱਕ ਸਾਇਲ ਨੇ ਸਦਾ ਮਾਰੀਏ, ਇੱਕ ਸਾਇਲ ਨੇ ਸਦਾ ਮਾਰੀਏ, ਨਮਾਜ਼ਾਂ ਦੇ ਪਾਸੇ ਦੇਖਦਾ ਦੇ ਵੋ ਮੈਂ ਗਰੀਬ ਹਾਂ, ਕੋਈ ਅੱਲਾਹ ਦੇ ਨਾਂ ਤੇ ਦੀ ਦੋ। ਗਦਾਗਰ ਮੰਗੇ ਮੈਂ ਭੁੱਖਾ ਹਾਂ ਗਰੀਬ ਹਾਂ, ਅੱਲਾਹ ਦੇ ਨਾਂ ਤੇ ਕੁਝ ਦੇਂਦੇ ਹੋ। ਕੁਰਾਨ ਦੇ ਵਿੱਚ ਪੜ੍ਹ ਗਿਆ ਕਹੇ ਕੁਝ ਨਹੀਂ ਦਿੱਤਾ, ਦੂਜੀ ਦਫ਼ਾ ਸਦਾ ਮਾਰੀਏ, ਤੀਜੀ ਦਫ਼ਾ ਕਹੇ ਕੁਝ ਨਹੀਂ ਦਿੱਤਾ, ਜਿਹੜਾ ਚੌਥੀ ਦਫ਼ਾ ਸਦਾ ਮਾਰੀਏ। ਅਸਮਾਨ ਦੇ ਪਾਸੇ ਸਾਇਲ ਦੇਖਦੇ ਆਦੇ ਪਾਲਨੇ ਵਾਲਾ ਮੰਗਿਆ ਤੇਰੇ ਨਾਂ ਤੇ ਵੱਲਿਆ ਖਾਲੀ ਵੀ ਨਾ, ਮੇਰੇ ਕੋ ਕਹੇ ਕੁਝ ਨਹੀਂ ਦਿੱਤਾ। ਹੁਣ ਵਾਲੇ ਅਲੀ ਰਕੂ ਦੀ ਹਾਲਤ ਛਾ ਤਸ਼ਰੀਹ ਨਾ ਕਰੇ ਸਾਂ, ਅਲੀ ਰਕੂ ਦੀ ਹਾਲਤ ਛਾ ਇਸ਼ਾਰਾ ਕੀਤੇ, ਸੈਲ ਮੁੰਦਰੀ ਲਹਾ ਕੇ ਟੁਰ ਗਏ। ਮੁਸਲਮਾਨ ਆਖਾਂ ਲੱਗ ਗਏ ਸੀ ਇਹ ਅਲੀ ਦੀ ਨਮਾਜ਼ ਨਾ ਰਹਿ ਗਈ। ਵੇ ਕਿਉਂ ਪੜਦਾ ਨਮਾਜ਼ ਪਏ, ਰਕੂ ਦੀ ਹਾਲਤ ਛਾ ਜ਼ਕਾਤ ਦਿੱਤੀ, ਹੁਣ ਅਲੀ ਦੀ ਨਮਾਜ਼ ਨਾ ਰਹਿ ਗਈ। ਮੁਸਲਮਾਨ ਅਲੀ ਦੀ ਨਮਾਜ਼ ਤੇ ਸ਼ੱਕ ਕੀਤੇ, ਉਹ ਮੁਸਲਮਾਨ ਭਰਾਵਾ ਇਹ ਕੰਪਿਊਟਰ ਏ, ਦੇਖ ਹਜ਼ਰਤ ਜ਼ਕਰੀਆ ਪੜ੍ਹਦਾ ਨਮਾਜ਼ ਪਏ, ਨਮਾਜ਼ ਦੇ ਵਿੱਚ ਆਦਾ ਪਏ, ਪਾਲਨੇ ਵਾਲਾ ਵਾਰਿਸ ਦੇ ਪੁੱਤਰ ਦੇ ਪੁੱਤਰ ਦੇ ਖੁਦਾ ਦੀ ਆਵਾਜ਼ ਆਈ, ਹੋ ਗਈ ਹੋ ਗਈ। ਮੁਸਲਮਾਨੇ ਜਨਾਬ ਜ਼ਕਰੀਆ ਦੀ ਨਮਾਜ਼ ਤੇ ਸ਼ੱਕ ਨਹੀਂ ਕੀਤਾ, ਮੌਲਾ ਅਲੀ ਦੀ ਨਮਾਜ਼ ਤੇ ਸ਼ੱਕ ਕੀਤੇ ਨੇ। ਮੁਸਲਮਾਨ ਭਰਾਵਾ ਹਜ਼ਰਤ ਜ਼ਕਰੀਆ ਦੀ ਨਮਾਜ਼ ਤੇ ਮੌਲਾ ਅਲੀ ਦੀ ਨਮਾਜ਼ ਚ ਜ਼ਮੀਨ ਆਸਮਾਨ ਦਾ ਫਰਕ ਹੈ, ਉਹ ਫਰਕ ਹੈ ਹਜ਼ਰਤ ਜ਼ਕਰੀਆ ਨਮਾਜ਼ ਦੇ ਵਿੱਚ ਪਿੰਦਾ ਖੜਾ, ਅਲੀ ਨਮਾਜ਼ ਚ ਦੇਦਾ ਖੜਾ। ਜਨਾਬ ਜ਼ਕਰੀਆ ਨਮਾਜ਼ ਚ ਮੰਗਦਾ ਪਏ, ਅਲੀ ਨਮਾਜ਼ ਚ
ਦੇਦਾ ਪਏ ਮੁਸਲਮਾਨਾਂ ਤੱਕ ਵਜਾ ਨਹੀਂ ਪਤਾ ਨਹੀਂ ਲੱਗਾ ਪਿੰਨਾ ਲਿਆਓ ਰਹਿਣ ਅਤਾਕਰਾ ਲਿਆਓ ਰਹਿਣ ਅਹਿਲ ਬੈਤ ਦੇ ਦਰ ਤੇ ਆ ਅਹਿਲ ਬੈਤ ਦਾ ਬਹੁਤ ਬੜਾ ਮਕਾਮ ਹੈ ਲੋਕ ਗਲਤ ਆ ਦੇ ਜੋ ਸ਼ੀਆ ਸਾਹਿਬਾਂ ਨੂੰ ਨਹੀਂ ਮੰਨਦੇ ਲੋਕ ਗਲਤ ਆ ਦੇ ਅਸਾਂ ਸ਼ੀਆ ਸਾਹਿਬਾਂ ਦੇ ਦਰ ਦੇ ਕੁੱਤਾਂ ਦੇ ਕੁੱਤੇ ਹੈ ਜਿਨ੍ਹਾਂ ਦੇ ਉੱਤੇ ਮੁਹੰਮਦ ਮੁਸਤਫਾ ਦੀ ਧੀ ਰਾਜ਼ੀ ਗਈ ਹੈ ਤੁਹਾਡੀ ਮਰਜ਼ੀ ਹੈ ਯਾਰ ਤੁਹਾਡੀ ਮਰਜ਼ੀ ਹੈ ਮੈਂ ਤਾਂ ਮੁਸਾਫਿਰ ਹਾਂ ਨਾ ਬਿਸਮਿਲਾ ਕਰਾਂ ਵਸਦੇ ਰਹੋ ਮੌਲਾ ਹੁਸੈਨ ਦਾ ਸਦਕਾ ਵਸਦੇ ਰਹੋ ਵਸਦੇ ਰਹੋ ਆਲੇ ਮੁਹੰਮਦ ਸਦਕਾ ਭੇਜਣ ਵਸਦੇ ਰਹੋ ਬਿਸਮਿਲਾ ਕਰਾਂ ਸਹੀ ਅਸਾਂ ਸ਼ੀਆ ਸਾਹਿਬਾਂ ਦੇ ਦਰ ਦੇ ਕੁੱਤਾਂ ਦੇ ਕੁੱਤੇ ਹੈ ਕੋਈ ਜੋ ਅਲੀ ਜਾਣਾ ਹੋਵੇ ਮੇਰਾ ਕਸੂਰ ਤਾਂ ਨਹੀਂ ਅਲੀ ਤਾਂ ਆਹਦੇ ਹੀ ਹੋ ਕੋਈ ਜਾਹੀ ਬੁਲੰਦੀ ਨੂੰ ਬਈ ਬੁਲੰਦੀ ਨਾ ਹੋਵੇ ਅਰਬ ਵਿੱਚ ਹੋ ਕੋਈ ਅਲੀ ਆਹਦੇ ਹਾਏ ਹਾਏ ਜੇ ਕੋਈ ਇੱਕ ਲੱਖ ਇੱਕ ਕੰਮ 24,000 ਨਬੀ ਜੇ ਕੋਈ ਇੱਕ ਲੱਖ ਇੱਕ ਕੰਮ 24,000 ਨਬੀ ਝੁਕ ਤੇ ਸਲਾਮ ਕਰੇ ਉਹ ਕੋ ਮੁਹੰਮਦ ਆਹਦੇ ਤੇ ਜਾਂਦੇ ਇਸਤਕਬਾਲ ਕਿਤੇ ਮੁਹੰਮਦ ਉੱਠੇ ਉਹ ਕੋ ਬੀਬੀ ਜ਼ਹਰਾ ਆਹਦੇ ਜਾਂਦੀ ਜ਼ਹਰਾ ਸੈਨ ਚਾਦਰ ਦੇ ਨਾਲ ਨਲੈਨ ਸਾਫ ਕਰੇ ਬਸ ਉਹ ਕੋ ਅਲੀ ਆਹਦੇ ਵਸਦੇ ਰਹੋ ਮੌਲਾ ਸਦਕਾ ਵਸਦੇ ਰਹੋ ਆਲੇ ਮੁਹੰਮਦ ਸਦਕਾ ਵਸਦੇ ਰਹੋ ਬੜੀ ਸੋਹਣੀ ਦੁਆ ਦੇ ਦਿੱਤੀ ਵੇ ਮੇਰੇ ਤੋਂ ਇਤਨੇ ਹੀ ਪਤਾ ਨਾ ਸੋਚਿੰਦਾ ਪਿਆ ਕਿ ਇਤਨੀ ਦੁਆ ਦਿੰਦੀ ਹਨ ਇਹ ਨਹੀਂ ਦਿੰਦੇ ਪਹਿਲੀ ਤਾਂ ਗੱਲ ਮੈਂ ਇਹ ਸੋਚਿੰਦਾ ਕਲਾਮ ਜੋ ਡਾੜੀ ਕੁ ਦੇਖ ਤੇ ਨਸ ਨਾ ਮੰਨੇ ਡਰੋ ਨਹੀਂ ਇਹ ਉਹ ਡਾੜੀ ਨਹੀਂ ਇਹ ਉਹ ਚਿਹਰੇ ਦੇ ਉੱਤੇ ਡਾੜੀ ਏ ਜਿਹੜੇ ਵਿਲਾਇਤ ਅਲੀ ਦੇ ਕਾਇਲ ਏ ਅਗਰ ਅਲੀ ਦੀ ਮੁਹੱਬਤ ਹੈ ਤਾਂ ਨਮਾਜ਼ ਹੈ ਅਗਰ ਅਲੀ ਦੀ ਮੁਹੱਬਤ ਨਹੀਂ ਵਿਲਾਇਤ ਅਲੀ ਦਿਲ ਚ ਨਹੀਂ ਤੇ ਬੰਦਾ ਨਮਾਜ਼ ਪੜ੍ਹਦੇ ਮੇਰਾ ਬਾਬਾ ਬਹੁਤ ਬੜਾ ਸੋਹਣਾ ਜੁਮਲਾ ਫਰਮਾਉਂਦੇ ਹੁੰਦੇ ਹਨ ਅਲਾਮਾ ਅਮੀਰ ਅਫਜ਼ਲ ਹੁਸੈਨੀ ਰਾਕਸ਼ ਸਾਹਿਬ ਉਹ ਫਰਮਾਉਂਦੇ ਹਨ ਅਗਰ ਵਿਲਾਇਤ ਅਲੀ ਦਿਲ ਚ ਨਹੀਂ ਤੇ ਬੰਦਾ ਨਮਾਜ਼ ਪੜ੍ਹਦੇ ਮੈਂ ਅੱਲਾ ਵਾਸਤੇ ਉਹ ਬੰਦਾ ਨਮਾਜ਼ ਪੜ੍ਹਦੇ ਬਾਬਾ ਫਰਮਾਉਂਦਾ ਉਸ ਦੀ ਨਮਾਜ਼ ਐਵੇਂ ਹੈ ਜਿਵੇਂ ਸਾਈਕਲ ਸਟੈਂਡ ਤੇ ਹੋਵੇ ਬੰਦਾ ਗੱਦੀ ਦੇ ਉੱਤੇ ਬਹਿ ਕੇ ਪੈਂਟਲ ਮਾਰਦਾ ਰਹੇ ਹਾਏ ਹਾਏ ਮੇਰੇ ਖਿਆਲ ਮੈਂ ਸਮਝਾ ਨਹੀਂ ਸਕਿਆ ਨਾ ਮੈਂ ਸਮਝਾ ਨਹੀਂ ਪੈ ਸਕਦਾ ਜ਼ਬਾਨ ਮੇਰੀ ਹੈ ਜੀ ਨਾ ਮਜਬੂਰੀ ਹੈ ਮੁਹੱਬਤ ਅਲੀ ਹੈ ਤੇ ਨਮਾਜ਼ ਹੈ ਅਲੀ ਦੀ ਮੁਹੱਬਤ ਨਹੀਂ ਤੇ ਬੰਦਾ ਨਮਾਜ਼ ਖੜਾ ਪੜ੍ਹਦੇ ਸਮਝੇ ਵਰਜਿਸ਼ ਖੜਾ ਕਰਦੇ ਅਲੀ ਦੀ ਮੁਹੱਬਤ ਹੈ ਰੋਜ਼ਾ ਹੀ ਹੈ ਹਾਜੀ ਹੈ ਜ਼ਕਾਤ ਹੀ ਹੈ ਉਹ ਬੰਦਾ ਹੀ ਹੈ ਮਰੂਫ ਜਿਹਾ ਇੱਕ ਜੁਮਲਾ ਕਹਾਂ ਜਾਂਦਾ ਬਹੁਤ ਬੜਾ ਮਸ਼ਹੂਰ ਜਿਹਾ ਜੁਮਲਾ ਮੁਹੰਮਦ ਮੁਸਤਫਾ ਕਹਿੰਦੇ ਬੰਦੇ ਬਾਲ ਚਾਹੁੰਦੇ ਹਨ ਪੁੱਤਰ ਬਾਲ ਆਦਿ ਮੌਲਾ ਇਹੀ ਕੋ ਦੁਆ ਕਰ ਇੱਕ ਬੰਦਾ ਉਹਦਾ ਮੈਂ ਨਾਂ ਨਾ ਚਾਹੁੰਦਾ ਕੋਈ ਹਾ ਹਾ ਹਾਏ 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 ਕੋਈ ਹਾ ਤੁਸੀਂ ਸੋਚਿੰਦੀ ਬਸ ਅੱਲਾਹ ਜਾਣੇ ਕੌਣ ਆ ਕੁਰਾਨ ਚਵਾ ਉਹੋ ਹਾ ਜਿਹੜਾ ਤੁਸੀਂ ਸੋਚ ਹੀ ਬੈਠੇ ਵੇ ਹਾਏ ਹਾਏ ਵਸਦੇ ਰਹੋ ਯਾਰ ਵਸਦੇ ਰਹੋ ਬਿਸਮਿਲਾ ਉਸ ਬਾਲ ਕੋ ਚਾਹੇ ਬਾਲ ਕੋ ਮੁਹੰਮਦ ਮੁਸਤਫਾ ਦੇ ਸਾਹਮਣੇ ਅਕੜਿਆ ਦੇ ਮੌਲਾ ਇੱਕ ਦੁਆ ਕਰੋ ਨਬੀ ਉਸ ਦੇ ਬਾਰੇ ਦੇਖ ਤੋਂ ਦੇ ਬਾਰੇ ਦੇਖ ਤਾਂ ਇਵੇਂ ਕਰ ਦੁਆ ਮੈਂ ਬਾਅਦ ਜੇ ਕਰਸਾਂ ਹੀ ਕੂ ਆਖ ਇਹ ਆਖੇ ਯਾ ਅਲੀ ਹਾਏ 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 ਨਬੀ ਫਰਮਾਏ ਦੁਆ ਬਾਅਦ ਚ ਕਰੇ ਸਾਂ ਮੇਰੀ ਸ਼ਰਤ ਸੀ ਕਿਹੜੀ ਨਬੀ ਫਰਮਾਏ ਇਹ ਆਖੇ ਯਾ ਅਲੀ ਪਿਓ ਚਾਹਦੇ ਸੀ ਅਗਰ ਅਬੋ ਵੋ ਬਚੜਾ ਵੇ ਅਲੀ ਆਖ ਵੇ ਯਾ ਅਲੀ ਆਖ ਅਲੀ ਅਲੀ ਕਰ ਮੂੰਹ ਖੋਲਿਸ ਆਖ ਨਹੀਂ ਸਕਿਆ ਹਾਏ ਹਾਏ ਅੱਲਾ ਵਾਸਤੇ ਜਾਗ ਸੋ ਮੂੰਹ ਖੋਲਿਸ ਆਖ ਨਹੀਂ ਸਕਿਆ ਨਬੀ ਕਰੀਮ ਉਹਨੇ ਕੰਡ ਕੀਤੀ ਹੈ ਉਹ ਬੰਦਾ ਮੁਹੰਮਦ ਮੁਸਤਫਾ ਦੇ ਸਾਹਮਣੇ ਖੜੇ ਇਹ ਬਾਲ ਕੁਚਾ ਦੇ ਕਰੇ ਹੱਥ ਬਾਦਾ ਦੇ ਮੌਲਾ ਇਹ ਅੱਬਈ ਆਖ ਗਿੰਦੇ ਅੰਮਈ ਆਖ ਗਿੰਦੇ ਪਾਣੀ ਵੀ ਆ ਗਿੰਦੇ ਰੋਟੀ ਵੀ ਆ ਗਿੰਦੇ ਇਹ ਅਲੀ ਅਲੀ ਕਿਉਂ ਨਹੀਂ ਪਿਆਦਾ ਮੁਹੰਮਦ ਮੁਸਤਫਾ ਫਰਮਾਏ ਮਾਏ ਕੋਲ ਨਾ ਪੁੱਛ ਇਵੇਂ ਜਲਦੀ ਜਲਦੀ ਦੌੜਦਾ ਵੰਜ ਇਸ ਦੀ ਮਾਂ ਕੋਲੋਂ ਪੁੱਛ ਜੋ ਇਹ ਅਲੀ ਅਲੀ ਕਿਉਂ ਨਹੀਂ ਕਰੇਂਦਾ
हाय हाय वसते रहो यार, वसते रहो, वसते रहो मौला दे सदका, वसते रहो, वसते रहो ममनून से बिस्मिल्लाह करा। अली दी मोहब्बत है तो हर शह है। हाय हाय जिन्हे दी मोहब्बत नहीं कुरान दी कसम को जी कहने बंदा कुरान पढ़ दे ते अली दा दुश्मन है। कुरान ना पढ़े कोई फायदा नहीं, मोहब्बत नहीं ने दी। नबी फरमाए या अली 10,000 साल बंदे दी जिंदगी होवे, 10,000 साल हर साल पैदल हज करे ए वने पैदल वाला वल्ला वे बहे नहीं वला टुर पवे, सिर्फ टिमे आवे वने ना खड़ा। ओहद पहाड़ को ज्यादा सोना रखिंदा होवे, नबी फरमाए ओहद पहाड़ को ज्यादा सोना रखिंदा होवे, अल्लाह दे नाम दे उते ओ सोना चांदी चला देवे खर्च कर देवे। ऐ अली सफा ते मरवा दे दरमियान दौड़ दबदा होए ते मारिया वने कत्ल थी वने, अगर ओ तेरा दुश्मन है तो ओंदी मौत ते कुत्ते दी मौत च कोई फर्क काए नहीं। हाय 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 वस्ते रहो आले मोहम्मद दे सदका। तजावुज ना कर वन्या, बहुत बड़ा जलसा है, बिरामे अमर दिता दूर को हाजिर थिया आदम को घेनते इही दम तक जितने सयाद बैठे हैं, मैं उन्होंने बहानी का पुत्रा हथ बत जुमला अर्ज करेंदा। सख्त को सख्त हुकूमत गुजरे, कहीं हुकूमत ने कहीं बंदे ने कहीं जालिम ने मुजरिम मर्द को भी इतनी नहीं मारिया जितनी मुसलमान ने रसूल दी धीए को मारे। गलत पढ़ा अहल बैत माफ न करें, इन्हें जुल्म दी अखीर कर दिती। जिन्हें कोल पत्थर हन पत्थर मारे ने, ना भूलिया ना सोचिंदा खाना ये जरूर है जो मैं ना जानता तेरा मिजाज के जे तू क्या सुन सकती। जिन्हें कोल गरम पानी हा गरम पानी सटे ने, क्योंकि मैं जो शहदा की बाणी का पुत्र डरदा खड़ा मत कोई नाराज थी वे। मैं इो कुछ जरूर आखसा एक जालिम के हथ खंजर हा। गलत पढ़ा मेरे को नबी की धी ने माफ करे, वह कमी नजर हुसैन की धी आले पासे टुरे ना 4 साल की अपने वेले की बतूल जमीन ते जानिए। मैं पढ़ छोड़े जो जानिए तुसान पुछा नहीं निजाकत जानी क्यों है। मैं इो कुछ आदा जिना वह जालिम करीब है ना इवें वो हाथ खंजर ला हवा आले पासे कितेस, तेरा हाथ हुसैन की धी डो है ना अल्लाह जाने थैया क्या है जमीन ते जानी पई है। जेड़े बाबे दे सर कल सां खड़िया ओ पास देख ते आदे बाबा दुआ कर हुण धी मर वनी। हाय हाय भला थीवे तुहाडा दू जुमले मसाहिब दे पढ़ा चाहना। मैं अली अकबर दे तस्से बाबे दा मुसाफिर जा करा, अगर मिंट दू मिंट ज्यादा ही पढ़ वना तो नाराज न थी सो। साल कैद रह गए, साल के बाद यजीद अदे सजाद वतन ते वल वंजो कैद रिहा है। बगैर तशरीह दे दो जुमले पढ़ा चाहना। वतन ते वल वंजो कैद रिहा, आका सजाद बीबी जैनब दे नाला खड़े रोत अदे अम्मा अम्मा यजीद अदे वतन ते वल वंजो कैद रिहा है। मोमनो आलिया साहिब नहीं बोली, चुप रह गए। दूजी दफा ही जिना चौथी दफा सजाद रू नहीं है रोते आदे मैं को भिरावा मोया समा ते नहीं बुलेंदी अमा यजीद आदे वतन ते वल वंजो कैदा रिहा है। आलिया सैन सार जाते आका सजाद आदे अम्मा मेरी पहली हकल ना हवे सुनी, सजाद सुनिए अम्मा बोली क्यों नहीं रोते आदे सजाद मेरे को तेरे रत रोवन की कसम पहली हकल को घेनते आखिरी हकल तक हिका गाल सोचेंदी रही वतन तो जो वन कने वन।
भला थी वे तोरा यार भला थी वे बिस्मिल्लाह करा मैं नो करा से वतन तो जो वन्या काहे कने वन्या मैं जो वन्या क्या अली अकबर बैठा हो से क्या कासिम बैठा हो से बचरा मेरा बच जो कोई कने किया मेरा बच्चा जो बिस्मिल्लाह करा बस भेजन त्राय मामल मिले सवार थे आका सज्जाद आलिया साइन देखता दे अम्मा इतों सीधा मदीने राही वींदे ब्या कर बला कुनु थी ते मदीने वींदे केड़ा राजलू सारा मसाइब सुने दादा मकसद सुनावा चाना केड़ा राजलू बीबी जैनब रोई पे रोते दे लोग कहंदा सीधा मदीना है बचड़ा मेरा उठा मदीना जिथा त्राए घंटे च मैं नौ भिरा मराई खड़ी आम मेरे को कर बला गंजो ले दिया मेरे भिरा हुसैन को कहें दफनाए या उन्हें धोपते दे रहे ले पाए भला थे जरा ओ पास आका सजाद महमल मोड़े ना आखिरी महमल को आवाज ये है सारी किस्मत आका सजाद ही में जिमे झेकड़ो पानी आ दे आदे कौन बीबी आवाज ये सजाद मैं लो देख मैं सकीना दी माँ हाँ तू इमाम मेरे सा क्या मैं वत शाम आवने अम्मा नहीं बीबी रोता दे सजाद बचड़ा जे शाम नहीं आवना माँ उजड़ी तो एक एहसान लाचा मेरे को धी सकीना दी कब्बा ते घेंजुल में दे दिया मेरी धी सुती हुई की में यार भला थी वे तो आदा मुसाफरां दे कब्रिस्तान आले पासे आका सज्जाद महमल मोड़ेन सुल्तान अल ज़ाकरीन बाबा अहमद बख्श भट्टी फरमेदा हुंदा हा सज्जाद उठ बिल है जरूर हैं उठां दे अगले कदम बाद चैन अली दे दियां ते नुहा पहले लथिया खरिया हैं वाह वाह भला थी वे तो आदा यार आखिरी जुमले बिस्मिल्लाह करा आखिरी जुमले जो ते आ गया अली दे दियां सैन सकीना दी कब्र ते उते आया बैठे रोंदा बैठे माँ दूर खड़ी रहेगी माँ दूर खड़ी रहेगी तो आखिरी यो जुमला का जाना मिंबर भिरावा दे वाले थोड़ी देर दे बाद आका सजादा दे अम्मा पुप्पी अम्मा मेरी भेड़ दी कबर छोड़ो ओ माँ खड़ी है ओ माँ जो खड़ी है कई गाल करें दिए जना पुप्पिया उठे ना पाक मिंबर दे कसम सैंड दी अम्मा ये कबरे सकीना दे उते मेरे उते सवाल करो निजाकत बास राकेट क्या कबारे सकीना दे सजू माँ बैठी है या खबू ना सजू बैठी है ना खबू कबार दे नाला दे सम पिए सुती में है जी मदीने साइन सकीना नाल सम दिया ही है कहाँ साइन सकीना दे कबार दे रख रोते माँ बैठी आती है बचड़ी तू जो सवाल करें दिया है वतन दे कदा वे सुन कहीं वाले आती है मैं कहीं था कदा रिहा थी सेन सकीना अखबार जेरे बच गए नहीं कबार दे आए खड़े नहीं वाह 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 भला थी वे पांच सात मिनट दे बाद आका सजादा दे अम्मा कब्र छोड़ो मेरे पुप्पियां थक वे सेन कब्र छोड़ो मेरे पुप्पियां थक वे सेन हुन मां रिवायत करन दी है सकीना दी मां रिवायत करन दी है लुट कर बला दा माल इवे मैं चैन ते इवे उठदी पई है एक हाथ सकीना दी कब्र थिया अजा उठी ने धी सकीना दी कब्र जलजला है मैं जो मां जो हम कबरे सकीना ते झण पियां नौ बोसे कबर देखेन रोत आके सकीना दी तेरी कबर हूं वले हले हा जदा सजाद रोंदा पिया हा तेरी कबर ने हली तेरी कबर हूं वले हले हा जदा अली जा जख्मी दिया रोत जा बेटियां तेरी कबर ने हली हुन ते बिया रह नहीं गया हुन तेरी कबर हल क्यों गई है कबरे सकीना को आवाज है मां ना पूछे हां ठीक हा जे पूछी ता एक एहसान लाजा मैं करू ना पूछ मेरे कबर दे पैरा आले पासे देख ते कुछ जवाब मिल वे से और जितनी सैया देन माफी मांग दे जुमला पढ़दा सैन सकीना दी मां रिवायत करें दिए मैं मुड़ते देखा ता कयामत दा मंजर है अब्बास दी जोजा गाजी दा कटिया होया सर सैन सकीना दे पैरा आले पासे रखते रो रो ते बैठिया दिए सखी दी दी ओ अकबर ओ चाचा माफी मांग आई अल्लाह लानतुल्लाह लकुम जालिम।